ਅੰਬਿੰਦਾ ਜਿੱਥਾਂ ਅੰਬਿੰਦ ਦਾ ਨੁਕਸਾਨ ਥੈ, ਕਣਕੇ ਦਾ ਨੁਕਸਾਨ ਥੈ, ਔਰ ਅੱਲਾ ਬਚਾਵੇ ਇਹਨਾਂ ਆਫਤਾਂ ਕੋਲੋਂ ਬਚਾਵੇ। ਸੱਜਣੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਥੀ ਸਕਦੇ ਹੋ। ਨੰਬਰ 0335 ਹੈ, 4444-0854 ਹੈ, ਔਰ ਸਾਡਾ ਦੂਜਾ ਨੰਬਰ 0335-4444-0853। ਇਹਦੇ ਉੱਤੇ ਕਾਲ ਕਰੇ ਸੋ, ਟੀ ਵੀ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਗੱਲ ਕਰੇ ਸੋ। ਤੁਹਾਡੀ ਸਾਡੀ ਗੱਲ ਡਾਢੀ ਚੰਗੀ ਥੀ ਸੀ, ਸੋਹਣੀ ਥੀ ਸੀ। ਸੱਜਣੋ ਵਿਹਲਾ ਖਨਾਏ ਮੁੱਤੂ ਅੱਜ ਦੀ ਮਹਿਫਿਲ ਦੇ ਮੇਜ਼ਬਾਨ ਫਨਕਾਰ ਦੀ ਸੁਝਾਉਣ ਵਾਲੇ ਪਾਸੇ ਅਸਾਂ, ਕਿਉਂਕਿ ਅੱਜ ਦੀ ਮਹਿਫਿਲ ਦੇ ਵਿੱਚ ਫਨਕਾਰ ਇੱਕ ਨਹੀਂ, ਦੋ ਨਹੀਂ, ਬਲਕਿ ਤ੍ਰੈ ਫਨਕਾਰਾਂ ਦੀ ਅੱਜ ਮਹਿਫਿਲ ਹੈ, ਤ੍ਰੈ ਫਨਕਾਰਾਂ ਦੀ ਮਹਿਫਿਲ ਹੈ। ਅੱਜ ਦੀ ਮਹਿਫਿਲ ਦੇ ਪਹਿਲੇ ਮੇਜ਼ਬਾਨ ਫਨਕਾਰ ਜਿਨ੍ਹਾਂ ਦਾ ਤਾਲੁਕ ਅਲੀਪੁਰ ਦੀ ਧਰਤੀ ਦੇ ਨਾਲ ਹੈ, ਮੈਂ ਉਹਨਾਂ ਨੂੰ ਸਤਿ ਬਿਸਮਿਲ ਆਖਸਾਂ। ਸੱਜਣਾ ਮੈਨ ਅੱਖੀ ਠਰਨ ਅੱਜ ਲੰਘ ਹੈ, ਸਾਡਾ ਮਾਣ ਵਧਾਏ ਨੇ। ਸੁਣੋ ਸੱਜਣ, ਅਸਗਰ ਜਾਨੀ ਸਾਹਿਬ ਕੋ ਮੁਹੱਬਤਾਂ ਪੇਸ਼ ਕਰਨ ਦੇ। ਅਸਲਾਮ ਵਾਲੇਕੁਮ ਸਹੀ, ਕੀ ਹਾਲ ਹੈ? ਠੀਕ ਠਾਕ ਹੀ ਨੇ, ਅੱਲਾਹ ਦੀ ਕਰਮ ਨਵਾਜ਼ੀ, ਫਸ ਕਿਲਾਸ, ਸਭ ਖੈਰ ਖਰੀਅਤ, ਅੱਲਾਹ ਦਾ ਸ਼ੁਕਰ ਹੈ। ਵਾਹ 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 ਸੱਜਣੋ, ਅੱਜ ਦੀ ਮਹਿਫਿਲ ਤੇ ਸਾਡੇ ਦੂਜੇ ਮਿਜ਼ਮਾਨ ਫਨਕਾਰ ਅਸਗਰ ਜਾਨੀ ਸਾਹਿਬ ਦੇ ਸ਼ਾਗਿਰਦ ਦੇ ਮੁਹਤਰਮ ਹਨ, ਜਨਾਬ ਨਾਸਿਰ ਅਲੀ ਸਾਹਿਬ, ਉਹਨਾਂ ਕੋ ਵੀ ਮੁਹੱਬਤਾਂ ਪੇਸ਼ ਕਰਨ ਦੇ। ਇਹਨਾਂ ਦਾ ਤਖਲਸ ਇੱਕ ਗੋਲਣੇ ਸੇ, ਅੱਜ ਲਭੇ ਸੋ ਤਖਲਸ, ਅਗਲੇ ਪ੍ਰੋਗਰਾਮ ਦੇ ਉੱਤੇ ਖੂਬਸੂਰਤ ਤਖਲਸ ਨਾਲ ਇਹ ਹਾਜ਼ਰ ਸੀ। ਕਿਆ ਹਾਲ ਹੈ? ਠੀਕ ਠਾਕ, ਸਲਾਮਤ ਰਹੋ, ਵਸਦੇ ਰਹੋ, ਆਬਾਦ ਤੇ ਸ਼ਾਦ ਰਹੋ। ਸੱਜਣੋ ਵਿਹਲਾ ਬਿਲਕੁਲ ਨਹੀਂ ਖਣੇ ਦੇ ਪਏ, ਔਰ ਮਹਿਫਿਲ ਦੇ ਜਿਹੜੇ ਮਿਊਜ਼ੀਸ਼ੀਅਨ ਸੱਜਣ ਅੱਜ ਸੰਗਤ ਕਰੇ ਸਨ, ਉਹਨਾਂ ਦੀ ਸੁਝਾਣ ਕਰਵਾਉਂਦੇ ਪਏ ਹੈ। ਤਬਲੇ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਅੱਜ ਮੌਜੂਦ ਹਨ ਖੂਬਸੂਰਤ ਆਰਟਿਸਟ ਹਨ, ਰਿਆਜ਼ ਹੁਸੈਨ, ਕਿਵੇਂ ਉਸਤਾ ਜੀ? ਔਰ ਢੋਲਕ ਦੀ ਰਾਂਦ ਠੇ ਸੀ ਮਨ ਭਾਵਣੇ ਆਰਟਿਸਟ ਹਨ, ਜਨਾਬ ਅਜ਼ਹਰ ਹੁਸੈਨ। ਕੀਬੋਰਡ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਅੱਜ ਮੌਜੂਦ ਹੈ ਮੁਹੰਮਦ ਤਾਰਿਕ। ਅੱਜ ਦੀ ਪਹਿਲਾਂ ਤੇ ਬੁਝਾਰਤ ਤੱਕ ਬੁਝਣ ਦੀ ਹੋਵੇ ਭਾਰਤ, ਦੂ ਦੀਵੇ ਬਲਦੇ ਆਏ, ਚਾਰ ਥੰਭੇ ਹਲਦੇ ਆਏ, ਤੇ ਮੁਸ਼ਕੀ ਨਾ ਖੇਦ ਆਇਆ ਬਾਦਸ਼ਾਹ ਦੇ ਦਾਇਆ। ਮਹਿਫਿਲ ਦਾ ਹਿੱਸਾ ਸਰੈਕੀ ਅਦਬ ਔਰ ਸਕਾਫਤ ਦੇ ਸਭੇ ਰੰਗ ਹੋ ਸਨ, ਲੇਕਿਨ ਈ ਵੇਲੇ ਵਸੇਬ ਰੰਗ ਦੇ ਵਿੱਚ ਮਹਿਫਿਲ ਕੋ ਸੁਰੀਲਾ ਰੰਗ ਬਖਸ਼ਣ ਸਾਂਗੇ ਸਾਡੇ ਨਾਲ ਮੌਜੂਦ ਹਨ ਜਨਾਬ ਅਸਗਰ ਜਾਨੀ ਸਾਹਿਬ। ਮਹਿਫਿਲ ਦੇ ਮੁੜ ਦੇ ਵਿੱਚ ਸੋਹਣਾ ਜਿਹਾ ਰੰਗ, ਸੁਰੀਲਾ ਰੰਗ ਤੁਹਾਡੇ ਨਾਵੇਂ ਕਰਦੇ ਪਏ। ਸਹੀ, ਵਾਹ ਵਾਹ ਤੇ ਵਾਹ ਵਾਹ। ਵਧੇ ਦਰ ਦਰ ਧਿਕੇੜੇ ਖਾਨ ਕੋਈ ਛਿਣਕੀਆਂ ਲਾਵੇ ਜੀ ਆਦਨੇ ਹਰ ਔਖੀਆਂ ਸੌਖੀਆਂ ਸਾਧਨੇ ਜਦਾਂ ਬੇਵਸ ਵਤਾਨ ਕੋ ਯਾਦ ਕਰਨੀ ਭਾਰਜ ਦਈਦਾ ਚਾਵਣਾ ਕੋਈ ਨਹੀਂ ਤੇ ਰੋਗ ਜਿਗਰ ਡੋਲਾਵਣਾ ਨਹੀਂ ਉਮਰ ਪਰੂਖ ਮੈਂ ਨੀਤੀ ਬੈਠਾ ਪਿਆਰ ਜੀ ਧੋਖਾ ਖਾਵਣਾ ਨਹੀਂ ਸਾਵੀ ਮੈਨੂੰ ਲੱਗੀ ਦਈ ਡਰ ਮਾਇਆ ਸਾਡੀ ਜ਼ਿੰਦਗੀ ਦੇ ਦੋਹੇ ਨਿਸ਼ੋ ਓ ਜ਼ੀਰੋ ਗੱਡੀ ਤੇ ਸੋਹਣੇ ਲੋ ਸਾਡੀ ਜ਼ਿੰਦਗੀ ਦੇ ਦੋਹੇ ਨਿਸ਼ੋ ਜ਼ੀਰੋ ਗੱਡੀ ਤੇ ਸੋਹਣੇ ਲੋ
ਗੱਲ ਕਿਹਾ ਸੋ ਵਾਹ 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 ਤੇ ਵਾਹ ਵਾਹ ਸਜਣੋ ਚਸ ਆ ਗਈ ਹੈ ਚਸ ਵਾਲੀ ਮਹਿਫਿਲ ਜਾ ਰਹੀ ਹੈ ਇਵੇਂ ਨਿਕੜੇ ਜਿਹੇ ਬ੍ਰੇਕ ਦੇ ਉੱਤੇ ਤਿਆਰੀ ਹੈ ਤੁਹਾਡੀ ਖਿਦਮਤ ਜਵਾਲ ਥੀਨੇ ਹਾਜ਼ਰ ਸਜਣੋ ਬ੍ਰੇਕ ਮੁੱਕ ਗਈ ਹੈ ਤੁਹਾਡੀ ਖਿਦਮਤ ਵਿੱਚ ਹਾਜ਼ਰ ਸੀ ਗਏ ਸੀ ਕਾਲਾਂ ਦਾ ਸਿਲਸਿਲਾ ਵੀ ਨਾਲ ਨਾਲ ਜਾਰੀ ਹੈ ਆਫਲਾਈਨ ਕਾਲਾਂ ਵੀ ਅਪਣਾਉਣ ਪੈ ਗਏ ਇਜਾਜ਼ ਅਕਰਮ ਸਿੰਘ ਸ਼ਿਰਾਜ਼ ਸਿੰਘ ਆਬਿਦ ਹੁਸੈਨ ਸਿੰਘ ਫੈਜ਼ਾਨ ਖਾਨ ਮੁਲਤਾਨ ਤੋਂ ਪ੍ਰੋਗਰਾਮ ਪਸੰਦ ਕਰਨ ਉਸਤਾਦ ਹੱਕ ਨਵਾਜ਼ ਖਾਨ ਉਸਤਾਦ ਰੱਬ ਨਵਾਜ਼ ਖਾਨ ਜਹਾਂਜ਼ੇਬ ਖਾਨ ਜਹਾਂਜ਼ੇਬ ਨਵਾਜ਼ ਔਰੰਗਜ਼ੇਬ ਨਵਾਜ਼ ਗੁਜਰਖੱਡਾ ਮੁਲਤਾਨ ਤੋਂ ਪ੍ਰੋਗਰਾਮ ਪਸੰਦ ਕਰਨ ਨਵਾਜ਼ ਮੋਟਰ ਤੋਂ ਔਰ ਇਵੇਂ ਇੱਕ ਸੱਜਣ ਟੈਲੀਫੋਨ ਲਾਈਨ ਦੇ ਉੱਤੇ ਵੀ ਅਪੜ ਗਿਆ ਸੋ ਉਹਨੂੰ ਸਤਿ ਬਿਸਮਿਲ੍ਲਾ ਸੋ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਅੱਲਾ ਦਾ ਸ਼ੁਕਰ ਹੈ ਸੋਹਣਾ ਵੀਰਾ ਆਪਣਾ ਸੋਹਣਾ ਨਾਂ ਦੱਸੇ ਸੋ ਕਿੱਥੋਂ ਗੱਲ ਕਰਦੇ ਪਿਓ ਅੱਦਾ ਕੀ ਹਾਲ ਹੈ ਸੀ ਅੱਜ ਦੀ ਮਹਿਫਿਲ ਕਿਵੇਂ ਲੱਗਦੀ ਪਈ ਮੇਰੇ ਅੱਧੇ ਕੋ ਬੜਾ ਜ਼ਬਰਦਸਤ ਫਨਕਾਰ ਸਭੀ ਬੈਠੇ ਹੋ ਬਹੁਤ ਖੂਬ ਸਾਰੇ ਗੱਲ ਕਰੇ ਜਿਵੇਂ ਚੱਕਰ ਪਿਆ ਹੁੰਦੇ ਵਾਹ 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 ਜ਼ਬਰਦਸਤ ਜਨਾਬ ਕੋਈ ਫਰਮਾਇਸ਼ ਹੋਵੇ ਤਾਂ ਵਤਨ ਸਾਡੇ ਗਰੀਬਾਂ ਦੇ ਬਹੁਤ ਸ਼ੁਕਰੀਆ ਸੀ ਬੜੀ ਮਿਹਰਬਾਨੀ ਇੱਕ ਵੀ ਕਾਲ ਗਿਣ ਗਿੰਦੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਕਮਲਾ ਸੋਹਣੇ ਕਹਿੰਦੇ ਯਾਰ ਕਹਿੰਦੇ ਹੈ ਅਦਾ ਆਪਣਾ ਨਾਂ ਤਾਂ ਦੱਸਾ ਸਰ ਮੇਰਾ ਨਾਂ ਹੈ ਦਿਲ ਨਵਾਜ਼ ਔਰ ਕੰਨੂ ਹਜਾਣਾ ਕਿੱਥੋਂ ਲਵੇਂਦੇ ਪਿਓ ਦਿਲ ਨਵਾਜ਼ ਅਸਗਰ ਜਾਨੀ ਸਾਹਿਬ ਦੇ ਸ਼ਾਗਿਰਦ ਦੀ ਵਾਰੀ ਹੈ ਨਾਸਿਰ ਅਲੀ ਦੀ ਵਾਰੀ ਹੈ ਉਹ ਵਤ ਨਾਸਿਰ ਸਿੰਘ ਕੋਲੋਂ ਸੁਣਦੇ ਪਏ ਹੈ ਸੋਹਣਾ ਜਿਹਾ ਗਾਉਣਾ ਵਾਹ ਵਾਹ ਏ ਪਿਆਰ ਤਾਂ ਗਲੇ ਦੀ ਰੱਤ ਮੰਗਦਾ ਏ ਵਹੀਂ ਦੇ ਨਾਲ ਨਿਭਾਵਣ ਸੌਖਾ ਨਹੀਂ ਵਸਦੇ ਘਰੇ ਬਰਬਾਦ ਦਿੰਦਾ ਏ ਮਨ ਸੜਦਾ ਏ ਵੇ ਮਨ ਠਾਰ ਬਣਾ ਬਣ ਸੌਖਾ ਨਹੀਂ ਏ ਗਵਾਰ ਦਿਲਾ ਬਣੇ ਮਾਰ ਦੇਵੇ ਵਾਰ ਪਚਾਵਣ ਸੌਖਾ ਨਹੀਂ ਜੇ ਤਾਂ ਘਟ ਫਨਕਾਰ ਕਹਿਨੀ ਕਮਲਾ ਸੋਹਣੇ ਕਹਿੰਦੇ ਯਾਰ ਕਹਿਨੀ ਕਮਲਾ ਸੋਹਣੇ ਕਹਿੰਦੇ ਯਾਰ ਕਹਿੰਦੇ ਖੇਦੇ ਤਾਏ ਘਟ ਫਨਕਾਰ ਕਹਿੰਦੇ ਕਮਲਾ ਸੋਹਣੇ ਕਹਿੰਦੇ ਯਾਰ ਕਹਿੰਦੇ ਕਮਲਾ ਸੋਹਣੇ ਪੈਸਾ ਤਾਂ ਵਧੇ ਸਹਾਰੀ ਦੇ ਦਿਨੇ
ਕਮਲਾ ਸੋਹਣੇ ਕਹਿੰਦੇ ਯਾਰ ਕਹਿ ਨਹੀਂ ਜਿਵੇਂ ਮੈਕੂ ਆਣ ਰੁਆਇਆ ਹੈ ਹਾਏ ਹਾਏ ਜਿਵੇਂ ਮੈਕੂ ਆਣ ਰੁਆਇਆ ਹੈ ਇਵੇਂ ਮੈਂ ਵਾਂਗੂ ਪਲ ਪਲ ਰੋਸੇ ਅਤੇ ਇੱਕ ਵਾਰੀ ਰੋ ਕੇ ਥੱਕ ਵਾਸੇ ਵੱਲ ਦਿਲ ਦੁਖਸ਼ਾ ਹਾਏ ਤੂੰ ਵੱਲ ਰੋਸੇ ਨਾ ਡੁਖੜੇ ਆਣ ਵੰਡੇਸੀਆ ਕੋਈ ਅਤੇ ਤੂੰ ਲਾ ਕੰਧੀਆਂ ਕੋ ਗੱਲ ਰੋਸੇ ਬਸ ਸ਼ਾਕਿਰ ਫਰਕ ਮਿਆਦ ਦਾ ਹੈ ਮੈਂ ਅੱਜ ਰੋਂਦਾ ਤੂੰ ਕੱਲ ਰੋਸੇ ਆਓ ਸੱਜਣੋ ਅਸਗਰ ਜਾਨੀ ਸਾਹਿਬ ਕੋਲ ਇੱਕ ਸੋਹਣਾ ਜਿਹਾ ਰੰਗ ਸੁਣਦੇ ਪਏ ਮਹਾਂਗਾ
ਵਾਹ 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 ਤੇ ਵਾਹ ਵਾਹ ਚਸ ਆ ਗਈ ਸਜਣੋ ਨਿਕਲੇ ਜੇ ਬ੍ਰੇਕ ਤੇ ਜੁਲਦੇ ਪਏ ਤੁਹਾਡੀ ਖਿਦਮਤ ਵਾਲ ਥੀ ਨੇ ਹਾਜ਼ਰ ਬ੍ਰੇਕ ਮੁੱਕੀਏ ਤੁਹਾਡੀ ਖਿਦਮਤ ਵਿੱਚ ਹਾਜ਼ਰ ਸੀ ਗਏ ਸੀ ਵਸੇਬ ਰੰਗ ਦੇ ਵਿੱਚ ਵਸੇਬ ਟੈਲੀਵਿਜ਼ਨ ਦੇ ਉੱਤੇ ਜਿਹੜਾ ਵੀ ਦੋਸਤ ਇੱਥੋਂ ਤਸ਼ਰੀਫ ਗਿਨਾ ਦੇ ਸਾਡੇ ਮਹਿਮਾਨ ਹੁੰਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਕੋਲ ਕਿਸੇ ਨਾ ਕਿਸੇ ਰੰਗ ਦੇ ਵਿੱਚ ਰਾਜ਼ੀ ਕਰਕੇ ਭੇਜੀਜੇ ਇਵੇਲੇ ਸਾਡੀ ਮਹਿਫਿਲ ਦੇ ਵਿੱਚ ਇੱਕ ਬੇ ਖੂਬਸੂਰਤ ਫਨਕਾਰ ਮੌਜੂਦ ਹਨ ਸਾਦਿਕ ਸਰੈਕੀ ਸਾਹਿਬ ਅਸੀਂ ਉਹਨਾਂ ਕੋਲ ਵੀ ਸਤਿ ਬਿਸਮਿਲਾ ਦੇ ਅਸਲਾਮ ਵਾਲੇ ਗੁਲਾਲਾ ਜੀ ਕਿਆ ਹਾਲ ਹੈ ਠੀਕ ਹੀ ਵੇ ਸਜਣੋ ਅਸੀਂ ਕਾਲ ਗਿਣਦੇ ਪਏ ਹਾਂ ਔਰ ਉਹਦੇ ਬਾਅਦ ਸਾਦਿਕ ਸਰੈਕੀ ਸਾਹਿਬ ਇੱਕ ਡੋੜਾ ਸੂਰਜ ਪੇਸ਼ ਕਰੇ ਸਨ ਬਕਾਇਆ ਇਹਨਾਂ ਦਾ ਬਹੁਤ ਜਲਦੀ ਇੱਕ ਨਵੇਂ ਕਲਾ ਪ੍ਰੋਗਰਾਮ ਕਰੇ ਸੂ ਔਰ ਉਹਦੇ ਨਾਲ ਹੀ ਅਸਗਰ ਜਾਨੀ ਸਾਹਿਬ ਵੱਲ ਸੋਹਣਾ ਜਿਹਾ ਗੀਤ ਪੇਸ਼ ਕਰੇ ਸਨ ਇਵੇਂ ਇੱਕ ਸੱਜਣ ਦੀ ਕਾਲ ਗਿਣਦੇ ਪਏ ਸਤ ਬਿਸਮਿਲਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਆਰਫਾ ਖੈਰ ਸਾਗੋ ਸਹੀ ਅੱਲਾ ਦਾ ਸ਼ੁਕਰ ਹੈ ਮੇਰਾ ਅੱਧਾ ਕੌਣ ਲਵੇਂਦਾ ਪਏ ਭਿਰਾ ਸੋਣਾ ਮੈਂ ਮੁਹੰਮਦ ਈਸਾ ਰਾਣਾ ਤੇ ਹਸਤੀ ਮੁੰਦਰਾਣੇ ਜੇ ਤੇ ਨਜ਼ਦੀਕ ਜੋ ਅੱਛਾ ਮੁੰਦਰਾਣੇ ਸੋਕੜ ਦੇ ਉਭਿਓ ਤੇ ਮੰਗਲੋਠੇ ਦੇ ਲੈਮਿਓ ਤਾਲ ਦੇ ਲੈਮਿਓ ਤੋਜਾ ਬੜਾ ਮੁਹੱਬਤਾਂ ਸਰ ਬਹੁ ਨੰਬਰ ਦਾ ਹੱਥਾ ਮਿਲਦਾ ਪਏ ਲਗ ਨਹੀਂ ਮਿਲਦਾ ਨੰਬਰ ਮਿਲ ਗਏ ਸੀ ਅੱਜ ਦੀ ਮਹਿਫਿਲ ਦੇ ਵਿੱਚ ਫਨਕਾਰ ਇੱਕ ਨੀ ਦੋ ਨੀ ਤਿੰਨ ਨੀ ਚਾਰ ਅਗਲੇ ਘੰਟੇ ਦੇ ਵਿੱਚ ਅਮਜਦ ਮਨਸੂਰ ਮਲੰਗੀ ਸਾਹਿਬ ਸਾਡੇ ਨਾਲ ਮੌਜੂਦ ਹਸਨ ਬਿਹਾੜੀ ਤੋਂ ਤਸ਼ਰੀਫ ਗਿਨੇ ਹਨ ਔਰ ਈਵੇਲੇ ਜਿਹੜੇ ਫਨਕਾਰ ਗਾਉਂਦੇ ਬੈਠੇ ਕਿਵੇਂ ਲੱਗਦੀ ਪਈ ਮਹਿਫਿਲ ਵਿਰਾ ਸੋਹਣੇ ਕੋ ਬਹੁ ਸੋਹਣੀ ਤੇ ਬਹੁ ਜ਼ਬਰਦਸਤ ਸਰ ਆਖੋ ਜਾ ਵਾਹ 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 ਤੇ ਵਾਹ ਵਾਹ ਤੇ ਵਾਹ ਵਾਹ ਚਸ ਆ ਗਏ ਵੀ ਇੱਕ ਸਜਣ ਦੀ ਕਾਲ ਹੈ ਅਸਲਾਮ ਅਲੈਕੁਮ ਮਹਿਫਿਲ ਦੇ ਮੇਜ਼ਬਾਨ ਫਨਕਾਰ ਸੁਣਦੇ ਬੈਠੇ ਹੋ ਕਿਵੇਂ ਮਹਿਫਿਲ ਲੱਗਦੀ ਪਈ ਹੈ ਕਿਆ ਆਖਣ ਚਾਹੋ ਮੇਰੀ ਜਿੰਦ ਚਲੋ ਵੱਡੀ ਮਿਹਰਬਾਨੀ ਸੀ ਇਹ ਸੋਹਣਾ ਜਿਹਾ ਡੋੜਾ ਸਾਦਿਕ ਸਰੈਕੀ ਸਾਹਿਬ ਤੁਹਾਡੇ ਨਾਵੇਂ ਕਰਨ ਦੇ ਪੈਣ ਸਹੀ ਸ਼ਾਲਾ ਚੰਦ ਜੀਵੇ ਨਾ ਪਿਆਰ ਤੇ ਪਿਆਰ ਭਈਵਾਲ ਰੱਖੀ ਜਦੋਂ ਮੂੰਜਿਆ ਵੀ ਮੈਂ ਕਾਸਮ ਦੀ ਮੇਰੀ ਤਾਂਗ ਦਾਦੀ ਵਾ ਬਾਲ ਰੱਖੀ ਸਜਣੋ ਸੁਣੇ ਜਾਂ ਡੋੜਾ ਸੁਣੇ ਸੀ ਉਹ ਸੋਹਣਾ ਜਿਹਾ ਗਾਉਣਾ ਸੁਣਦੇ ਪਏ ਅਸਲ ਜਾਨੀ ਸਾਹਿਬ ਕੋਲ ਤੇਰੀ ਰਾਤ ਲੈ ਦਿਵ ਮਾਇਆ ਮਿੱਠੀ ਸ਼ਾਮ ਕੀ ਗਈ ਤੇਰੇ ਪਿਆਰ ਮੇਰਾ ਮਾਹੀਆ ਤੇਰੀ ਰਾਹ ਬਲੇ
ਗੀਤ ਆਵਣ ਡਿਓ ਵਾਹ ਜ਼ਬਰਦਸਤ ਜ਼ਬਰਦਸਤ ਮੇਰੇ ਜੀਵਨ ਤੇ ਕੁਛ ਕਹੇ ਆਪ ਖੁਦਾ ਮੈਂ ਮਰ ਪਵਾਂ ਪਰ ਕੁਝ ਪੋਵੇ ਤੂੰ ਜਸ਼ਨ ਮਨਾ ਮੈਂ ਮਰ ਪੋ ਭਰ ਭਰ ਕੇ ਜੋਲੀ ਮਿਠਾਇਆ ਵੰਡਿਵੋ ਪਿਤਾ ਰੋਜ਼ ਵੰਡਾ ਮੈਂ ਮਰ ਪੋਆ ਕਿਆ ਹੈ ਉਹ ਮੰਗੀ ਆਪ ਦੁਆ ਮੈਂ ਮਰ ਪੂੰ ਕਾਲੇ ਹਾਉ ਕੌਣ ਜਿਹਦੇ ਨਾਲ ਤੂੰ ਬਾਜ਼ਾਰ ਗਏ ਕਾਲੇ ਹਾਉ ਕੌਣ ਜਿਹਦੇ ਨਾਲ ਤੂੰ ਬਾਜ਼ਾਰ ਗਏ ਨੁਕਰੀ ਨਾ ਸਾਫ ਦੱਸੀ ਨੁਕਰੀ ਨਾ ਸਾਫ ਦੱਸੀ ਦੱਸ ਤੂੰ ਪਿਆਰ ਸੱਜਣੋ ਨਿਕਲੇ ਜੇ ਬ੍ਰੇਕ ਤੇ ਜੁਲਦੇ ਪਏ ਤੁਹਾਡੀ ਖਿਦਮਤ ਚ ਵਾਲ ਥੀਨੇ ਹਾਜ਼ਰ ਜੀ ਸਰ ਜਦੋਂ ਬ੍ਰੇਕ ਮੁੱਕੀ ਹੈ ਤੁਹਾਡੀ ਖਿਦਮਤ ਵਿੱਚ ਹਾਜ਼ਰ ਥੀ ਗਏ ਸੇ ਅਸਗਰ ਜਾਨੀ ਸਾਹਿਬ ਸਾਡੇ ਨਾਲ ਮੌਜੂਦ ਹਨ ਅੱਛਾ ਜਾਨੀ ਸਾਹਿਬ ਕਿੰਨਾ ਅਰਸਾ ਥੀ ਗਏ ਮੌਸੀਕੀ ਕਰੇ ਜੀ ਮੇਰੇ ਕੋ ਸਰ ਥੀ ਗਨ ਕਮ ਅਜ਼ ਕਮ 5 ਸਾਲ ਥੀ ਗਏ 5 ਸਾਲ ਤੁਹਾਡੇ ਉਸਤਾਦ ਮੁਹਤਰਮ ਹਾਜੀ ਸਜਾਦ ਹਸਨ ਸਾਕੀ ਹਾਜੀ ਸਜਾਦ ਹਸਨ ਸਾਕੀ ਸਾਹਿਬ ਕੋਈ ਐਲਬਮ ਸ਼ਲਬਮ ਹੈ ਮੈਦਾਨ ਹੈ ਤੁਹਾਡਾ ਜੀ 2018 ਚ ਆਇਆ ਜੀ 2018 ਜੀ ਬਾਕੀ ਹੁਣ ਤੇ ਨਵਾਂ ਨਕੋਰ ਦੌਰ ਗੀਤ ਵਿੱਚ ਬਣਵਾਇਆ ਤਾਂ ਸੱਟ ਛੋੜਿਆ ਜੀ ਆ ਜਾ ਬਿਲਕੁਲ ਬਿਲਕੁਲ ਜੀ ਆ ਜੀ ਇਹ ਮੇਰੇ ਕਿਹੜਾ ਗੀਤ ਪੇਸ਼ ਕਰਨ ਦੇ ਪਏ ਕੋਈ ਉਸਤਾਦ ਜਿਹੜਾ ਯਾਰਾਂ ਵਦਾ ਲੈਂਦੇ ਇਹ ਪਾਰ ਦਾ ਲੁਟੇਰਾ ਉਸਤਾਦ ਸਾਹਿਬ ਦਾ ਗੀਤ ਜੀ ਜੀ ਜਨਾਬ ਕੀ ਬਾਤ ਹੈ ਵਾਹ ਵਾਹ ਅਜਮਲ ਖਾਨ ਗੁਪਾਂਗ ਅਹਿਮਦ ਖਾਨ ਹਜਾਣਾ ਸਾਹਿਬ ਨੇ ਦੀ ਫਰਮਾਇਸ਼ ਕਾਮੀ ਖਾਨ ਵੀ ਨਾਲ ਹੈ ਕਾਮੀ ਬਲੋਚ ਸਾਹਿਬ ਨੇ ਦੀ ਫਰਮਾਇਸ਼ ਵਾਹ ਵਾਹ ਵਾਦਾਂ ਮਾਇਆ ਇਹ ਕਿਤੇ ਦੀ ਅੱਖ ਜ਼ੁਲਮੀ ਦੂਜਾ ਗੋਰੇ ਰੰਗ ਮਾਇਆ ਜਿਹੜਾ ਯਾਰਾਂ ਵਦਾ ਲੈਂਦੇ ਪਾਰ ਦਾ ਲੁਟੇਰਾ ਜਿਹੜਾ ਗੱਲੇ ਵਦਾ ਪੈਂਦੇ ਇਹ ਪਾਰ ਦਾ ਲੁਟੇਰਾ ਜਿਹੜਾ ਯਾਰਾਂ ਵਦਾ ਲੈਂਦੇ ਇਹ ਪਾਰ ਦਾ ਲੁਟੇਰਾ ਜਿਹੜਾ ਯਾਰਾਂ ਵਦਾ ਲੈਂਦੇ ਜਿਹੜਾ ਯਾਰਾਂ ਵਦਾ ਲੈਂਦੇ ਪਾਰ ਦਾ ਲੁਟੇਰਾ
ਇੱਕ ਛੇਕੜੀ ਆਈਟਮ ਵੀ ਪੇਸ਼ ਕਰ ਦਿਓ ਆਪਣਾ ਮਨ ਪਸੰਦ ਯਾਰੀ ਜਿੱਤਾਂ ਲੈਂਦੇ ਲਾ ਸਾਡਾ ਅੱਲਾ ਵਾਰਸੇ ਜੇ ਤੈਂ ਗੋਲ ਲਿਖੀ ਦੇ ਬਿਆ ਸਾਡਾ ਅੱਲਾ ਵਾਰਸੇ ਜੇ ਤੈਂ ਗੋਲ ਲਿਖੀ ਦੇ ਬਿਆ ਸਾਡਾ ਅੱਲਾ ਵਾਰਸੇ ਯਾਰੀ ਜਿੱਤਾਂ ਲੈਂਦੇ ਲਾ ਸਾਡਾ ਸਜਣੋ ਛੇਕੜੀ ਆਈਟਮ ਵੀ ਆ ਵੀ ਇੱਕ ਸੁਣਦੇ ਹੈ ਜਿਹੜਾ ਆਪਣੀ ਹਯਾਤੀ ਦੇ ਵਿੱਚ ਤੁਹਾਨੂੰ ਜ਼ਿਆਦਾ ਕੋਲ ਜ਼ਿਆਦਾ ਚੰਗਾ ਲੱਗਦਾ ਉਹ ਤੁਸੀਂ ਆਈਟਮ ਕੱਢ ਸੋ ਇਹ ਨਾਵੇਂ ਕਰਿੰਦੇ ਪਏ ਉਸ ਜਹਾਂਜ਼ੇਬ ਨਵਾਜ਼ ਸਿੰਘ ਮੁਲਤਾਨ ਤੋਂ ਔਰੰਗਜ਼ੇਬ ਨਵਾਜ਼ ਔਰ ਸਾਜਿਦ ਖਾਨ ਮਿਆਣਾ ਸਿੰਘ ਟੀਬੀ ਕੈਸਰਾਣੀ ਤੋਂ ਪ੍ਰੋਗਰਾਮ ਕੋ ਪਸੰਦ ਕਰਦੇ ਔਰ ਇਹ ਵੇਲੇ ਅਬਦੁਲ ਰਸ਼ੀਦ ਤਬੱਸਮ ਸਾਹਿਬ ਜਲਾ ਜੀਮ ਤੋਂ ਹਨ ਹਾਜੀ ਅਬਦੁਲ ਰਜ਼ਾਕ ਸਿੰਘ ਚੱਕ ਨੰਬਰ 108 ਡਬਲਿਊ ਬੀ ਔਰ ਮਹਿਬੂਬ ਅਹਿਮਦ ਸਿੰਘ ਜੰਗ ਤੋਂ ਪ੍ਰੋਗਰਾਮ ਪਸੰਦ ਕਰਨ ਮੀਆਂ ਮੁਸ਼ਤਾਕ ਅਹਿਮਦ ਸਿੰਘ ਸ਼ਾਹ ਜਮਾਲ ਤੋਂ ਪ੍ਰੋਗਰਾਮ ਦਾ ਹਿੱਸਾ ਬਣਨ ਅਤੇ ਸਜਣੋ ਅਸਗਰ ਜਾਨੀ ਸਾਹਿਬ ਕੋਲ ਵੀ ਆ ਆਈਟਮ ਸੁਣਦੇ ਨੇ ਲੱਗੇ ਤੇ ਤੂੰ ਗੈਰ ਚੰਗੇ ਓਏ ਸਾਡੇ ਨਾਲ ਰੋਜ਼ ਪੰਗੇ ਲੋਕ ਨਾ ਕਿਲਾਮ ਕਿਉਂ ਮੋਲਵਨ ਤੰਗ ਹੈ ਤਿਆਰੀ ਮੈਂ ਤੋੜਵਨ ਤੋੜਵਨ ਤੰਗ ਹੈ ਤਿਆਰੀ ਮੈਂ
ਸੱਜਣੋ ਯਕੀਨਨ ਅੱਜ ਦੀ ਮਹਿਫਿਲ ਤੱਕ ਬਹੁ ਚੱਸ ਲੈਂਦੀ ਪਈ ਸੀ ਔਰ ਅਗਲੇ ਘੰਟੇ ਦੀ ਨਸ਼ਰੀਆਤ ਦੇ ਵਿੱਚ ਸਾਡੇ ਨਾਲ ਅਮਜਦ ਮਨਸੂਰ ਮਲੰਗੀ ਸਾਹਿਬ ਸਾਡੇ ਨਾਲ ਮੌਜੂਦ ਹੋ ਸਨ। ਇਹ ਵੇਲੇ ਮੈਂ ਤੁਹਾਡੀ ਤਰਫੋਂ ਆਪਣੀ ਤਰਫੋਂ ਵਸੇਬ ਰੰਗ ਦੀ ਪੂਰੀ ਟੋਲੀ ਤਰਫੋਂ ਪਹਿਲੀ ਨਸ਼ਿਸ਼ ਦੇ ਮਿਜ਼ਮਾਨ ਫਨਕਾਰ ਜਨਾਬ ਅਸਗਰ ਜਾਨੀ ਸਾਹਿਬ ਦਾ ਔਰ ਸਾਦਿਕ ਸਰੈਕੀ ਸਾਹਿਬ ਦਾ ਔਰ ਨਾਸਿਰ ਅਲੀ ਸਹੀ ਦਾ ਔਰ ਇਹਨਾਂ ਦੇ ਨਾਲ ਜਿਹੜੀ ਟੀਮ ਰਿਆਜ਼ ਹੁਸੈਨ ਅਜ਼ਹਰ ਹੁਸੈਨ ਔਰ ਮੁਹੰਮਦ ਤਾਰਿਕ ਦਾ ਦਿਲੀ ਤੌਰ ਉੱਤੇ ਮਸ਼ਕੂਰ ਹੀ ਮਿਲਾ ਲਾ। ਬਹੁਤ ਬਹੁਤ ਸ਼ੁਕਰੀਆ। ਵਸਦੇ ਰਹੋ, ਆਬਾਦ ਤੇ ਸ਼ਾਦ ਰਹੋ। ਸੱਜਣੋ ਨਿਕਲੇ ਜੇ ਬ੍ਰੇਕ ਤੇ ਜੁਲਦੇ ਪਏ ਬਲਦੇ ਪਏ ਵਿਹਾੜੀ ਦੀ ਧਰਤੀ ਦੇ ਖੂਬਸੂਰਤ ਫਨਕਾਰ ਅਮਜਦ ਮਨਸੂਰ ਮਲੰਗੀ ਸਾਹਿਬ ਸਾਡੇ ਨਾਲ ਮੌਜੂਦ ਹੋ ਸਨ। ਤੁਹਾਡੇ ਕੋਲ ਵੇਚ ਮੰਗਦੇ ਹਾਂ ਜੀ ਪਿਆਰੇ ਸੱਜਣੋ, ਦੂਜੇ ਘੰਟੇ ਦੀ ਨਸ਼ਰੀਆਤ ਦੇ ਨਾਲ ਤੁਸੀਂ ਸੱਜਣੇ ਦੀ ਖਿਦਮਤ ਦੇ ਵਿੱਚ ਵੱਲ ਹਾਜ਼ਰ ਸੀ ਗਏ ਸੀ। ਅੱਜ ਦੀ ਪਹਿਲੀ ਨਸ਼ਿਸ਼ ਦੇ ਵਿੱਚ ਸਾਡੇ ਨਾਲ ਮੌਜੂਦ ਹਨ ਅਲੀਪੁਰ ਦੀ ਧਰਤੀ ਦੇ ਖੂਬਸੂਰਤ ਫਨਕਾਰ ਜਨਾਬ ਅਸਗਰ ਜਾਨੀ ਸਾਹਿਬ ਔਰ ਉਹਨਾਂ ਦੇ ਨਾਲ ਨਾਲ ਸਾਦਿਕ ਸਰੈਕੀ ਸਾਹਿਬ ਔਰ ਨਾਸਿਰ ਅਲੀ ਸਿੰਘ ਹਨ ਔਰ ਇਹ ਵੇਲੇ ਦੂਜੇ ਘੰਟੇ ਦੀ ਨਸ਼ਰੀਆਤ ਦੇ ਵਿੱਚ ਸਾਡੇ ਨਾਲ ਮੌਜੂਦ ਹਨ ਜ਼ਿਲ੍ਹਾ ਵਿਹਾੜੀ ਦੀ ਧਰਤੀ ਦੇ ਖੂਬਸੂਰਤ ਫਨਕਾਰ ਅਮਜਦ ਮਨਸੂਰ ਮਲੰਗੀ ਸਾਹਿਬ। ਮੈਂ ਤੁਹਾਡੀ ਤਰਫੋਂ ਆਪਣੀ ਤਰਫੋਂ ਵਸੇਬ ਰੰਗ ਦੀ ਪੂਰੀ ਟੋਲੀ ਤਰਫੋਂ ਉਹਨਾਂ ਨੂੰ ਸਤ ਬਿਸਮਿਲ ਆਖਸਾ। ਅਸਲਾਮ ਅਲੈਕੁਮ ਸਹੀ। ਵਾਲੇਕੁਮ ਸਲਾਮ। ਕੀ ਹਾਲ ਹੈ ਲਾਲਾ? ਠੀਕ ਠਾਕ ਜੀ। ਤਬੀਅਤ ਸਿਹਤ ਠੀਕ ਹੈ? ਠੀਕ ਠਾਕ ਸਰ। ਆ ਗਏ ਵਸੇਬ ਰੰਗ ਦੇ ਵਿੱਚ? ਬਿਲਕੁਲ ਸਰ। ਮਾਸ਼ਾਅੱਲਾ ਸੀ, ਬੜੀ ਖੁਸ਼ੀ થઈ ਹੈ। ਤੁਸੀਂ ਤਸ਼ਰੀਫ ਘਿਨਾ ਹੋ ਵਿਹਾੜੀ ਕੋਲੋਂ। ਵਾਹ ਵਾਹ, ਠੀਕ ਹੈ ਸੀ, ਜ਼ਬਰਦਸਤ। ਸੱਜਣੋ, ਅੱਜ ਦੀ ਮਹਿਫਿਲ ਦੇ ਮਿਜ਼ਮਾਨ ਫਨਕਾਰ ਜਨਾਬ ਅਮਜਦ ਮਨਸੂਰ ਮਲੰਗੀ ਸਾਹਿਬ ਦੇ ਨਾਲ ਈ ਵੇਲੇ ਜਿਹੜੇ ਸੱਜਣ ਸਾਧਿਆਂ ਦੇ ਉੱਤੇ ਮਹਿਫਿਲ ਕੋ ਸਾਜ਼ ਕਰ ਰਹੇ ਸਨ, ਉਹਨਾਂ ਦੀ ਸੁਝਾਣ ਕਰਨ ਦੇ ਪਏ। ਤਬਲੇ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਮੌਜੂਦ ਹਨ ਸੋਹਣਾ ਸੱਜਣ ਮੁਹੰਮਦ ਕਬੀਰ ਸਿੰਘ ਔਰ ਢੋਲਕ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਮੌਜੂਦ ਹਨ। ਅਸਲ ਨਾਂ ਤੇ ਕਿਹੜੇ ਨਾਂ ਨਾਲ? ਦਾਊਦ ਉਰਫ ਦੋਦਾਈ ਸਾਹਿਬ। ਸਹੀ। ਔਰ ਖੰਜਰੀ ਦਾ ਵਰਤਾਵਾ ਵਰਤਣ ਸੰਗੇ ਸਾਡੇ ਨਾਲ ਮੌਜੂਦ ਹਨ ਸਿਆਲਕੋਟ ਦੀ ਧਰਤੀ ਦੇ ਖੂਬਸੂਰਤ ਆਰਟਿਸਟ ਸੋਹਣੇ ਸੱਜਣ ਮੁਹੰਮਦ ਆਮਿਰ ਸਿੰਘ ਔਰ ਕੀਬੋਰਡ ਦੀ ਰਾਂਝ ਕੁੱਠੇ ਸਨ ਸਾਡੀ ਧਰਤੀ ਦੇ ਖੂਬਸੂਰਤ ਆਰਟਿਸਟ ਹਨ ਸੋਹਣੇ ਸੱਜਣ ਜ਼ਫਰ ਅਲੀ ਖਾਨ। ਜਿਹੜੇ ਸੱਜਣ ਕਈ ਦੇ ਨਾਲ ਮੁਹੱਬਤਾਂ ਰਚਾ ਕੇ ਬੁਲਾ ਛੋੜ ਵੰਜਣ ਤੇ ਇੱਕ ਸ਼ਾਇਰ ਨੇ ਖੂਬਸੂਰਤ ਜਿਹਾ ਆਪਣੀ ਅਰਦਾਸ ਲਿਖੀ ਹੈ ਅਮਾਨੁੱਲਾ ਅਰਸ਼ਦ ਸਾਹਿਬ ਦਾ ਇੱਕ ਡੋੜਾ ਹੈ ਕਿ ਰੂਹ ਰਿਸ਼ਤਾ ਡੋਰ ਹੈ ਰੇਸ਼ਮ ਦੀ, ਰੂਹ ਰਿਸ਼ਤਾ ਡੋਰ ਹੈ ਰੇਸ਼ਮ ਦੀ, ਇੱਕ ਤਰੋੜੀ ਨਾ ਤੇ ਕੋ ਆਖਿਆ ਹਮ ਹਾਏ ਹੈ। ਰੂਹ ਰਿਸ਼ਤਾ ਡੋਰ ਹੈ ਰੇਸ਼ਮ ਦੀ, ਇੱਕ ਤਰੋੜੀ ਨਾ ਤੇ ਕੋ ਆਖਿਆ ਹਮ ਸੱਚ ਸੱਚੇ ਮਰ ਤੇ ਧਰ ਉਸੇ, ਇਕੂ ਬੋੜੀ ਨਾ ਤੇ ਕੋ ਆਖਿਆ ਹਮ ਇਹ ਮੇਲਾ ਮੇਲ ਹੈ ਮਾਸ਼ਰ ਦਾ, ਮੂੰਹ ਮੋੜੀ ਨਾ ਤੇ ਕੋ ਆਖਿਆ ਹਮ ਰੁਲ ਗਿਆ ਤਾਂ ਅਰਸ਼ਦ ਕਿਉਂ ਰੋਂਦੀ,
ਹੱਥ ਛੋੜੀ ਨਾ ਤੇ ਕੋ ਆਖਿਆ ਹਮ ਤੇ ਸੱਜਣੋ ਆਓ ਜਨਾਬ ਅਮਜਦ ਮਨਸੂਰ ਮਲੰਗੀ ਸਾਹਿਬ ਆਪਣੀ ਨਸ਼ਿਸ਼ ਦਾ ਪਹਿਲਾ ਸੁਰੀਲਾ ਰੰਗ ਤੁਹਾਡੇ ਨਾਵੇਂ ਕਰੇ ਸਨ ਰਲ ਮਿਲ ਤੇ ਚਾਸਚਨੇ ਪਏ ਮੈਂ ਆਪਣੇ ਉਸਤਾਦ ਦਾ ਗੀਤ ਜਨਾਬ ਹਾਜੀ ਮਨਸੂਰ ਅਲੀ ਮਲੰਗੀ ਦੇ ਪੇਸ਼ ਕਰ ਸਾਂ ਉਸ ਤੋਂ ਬਾਅਦ ਕਹਿਣ ਦੀ ਕੋਈ ਫਰਮਾਇਸ਼ ਕੋਈ ਐਸੀ ਫਰਮਾਇਸ਼ ਹੋਵੇ ਜਨਾਬ ਪੇਸ਼ ਕਰ ਸਾਂ ਇਸ ਗੀਤ ਤੋਂ ਬਾਅਦ ਹਰ ਵਕਤ ਗਏ ਮੈਂ ਬੇਕਸਦੇ ਸਾਫੇ ਰੰਗ ਛੋੜੋ ਸਜਣ ਜੇ ਨਹੀਂ ਆਵਣਾ ਮੂੰ ਕਫਨ ਦੇ ਬਨ ਛੋੜੋ ਹਰ ਵਕਤ ਗਏ ਮੇਰੀ ਜ਼ਿੰਦਗੀ ਕਰ ਵੈਰਾਨ ਗਈ ਮਨੋਭਾਵਲੇ ਪਿਆਰ ਦੀ ਹੱਕੀਆ ਬਦਲ ਜ਼ਮਾਨਾ ਨਾਲ ਮਹੀਦੇ ਨਹੀਂ ਜਗ ਤੇ ਕੋਈ ਯਾਰ ਮਲੰਗੀ ਗਾਂਦਾ ਏ ਸ਼ਫਕਤ ਮਜ਼ਲੂਮ ਦੇ ਗੀ ਗੱਡੀ ਮਕਈ ਮਾਇਆ ਗੱਡੀ ਮਕਈ ਮਾਇਆ ਤੂੰ ਸਾਡਾ ਨਹੀਂ ਬਣਿਆ ਸਾਡੀ ਕਸ਼ਨ ਰਹੀ ਮਾਇਆ ਕਿਹੜੀ ਗਲਤੀ ਹੋਈ ਏ ਜ਼ਾਲਿਮ ਕਿਉਂ ਦੂਰ ਡੇਰ ਲਾਏ ਨੇ ਬੂਏ ਗੈਰ ਦੇ ਵਸਾਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਕਿਉਂ ਦੂਰ ਡੇਰ ਲਾਏ ਨੇ ਬੂਏ ਗੈਰ ਦੇ ਵਸਾਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਮਗਰ ਮੈਂ ਡਰਨਾ ਹਾਂ ਮੇਰਾ ਆਪਣਾ ਸਾ ਪਰਾਇਆ ਅਧਾਰੀ ਰਾਤ ਕੋ ਕੋਈ ਦਰ ਪਿਆ ਖੜ ਕੇ ਦੇ ਜ਼ਰਾ ਬੇਕਸੀ ਦੇਖ ਜ਼ਰਾ ਕੌਣ ਆਇਆ ਤੇਰੇ ਨਾਲ ਪਿਆਰ ਪਾ ਕੇ ਸ਼ਫਕਤ ਮਨ ਵਾਲਾ ਖੱਟਿਆ ਨਾ ਕੁਝ ਲੁਟਾ ਕੇ
ਵਾਹ 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 ਤੇ ਵਾਹ ਵਾਹ ਸੱਜਣਾ ਸੁਣਦੇ ਪਿਆ ਸੇ ਅਮਜਦ ਮਨਸੂਰ ਮਲੰਗੀ ਸਾਹਿਬ ਕੋਲੋਂ ਹਾਜੀ ਮਨਸੂਰ ਅਲੀ ਮਲੰਗੀ ਸਿੰਘ ਦਾ ਮਸ਼ਹੂਰ ਜ਼ਮਾਨਾ ਗੀਤ ਯਕੀਨਨ ਤੁਹਾਨੂੰ ਬਹੁਤ ਚੰਗਾ ਲੱਗਾ ਸੀ ਔਰ ਸੱਜਣਾ ਵੇਲਾ ਛੋਟੇ ਜਿਹੇ ਬ੍ਰੇਕ ਦਾ ਹੈ ਬ੍ਰੇਕ ਦੇ ਬਾਅਦ ਤੁਹਾਡੀ ਖਿਦਮਤ ਦੀ ਵਾਲਤੀ ਨੇ ਹਾਜ਼ਰ ਜੀ ਸੱਜਣਾ ਬ੍ਰੇਕ ਮੁਕੇ ਵੇ ਕੋ ਅਪੜੀਏ ਔਰ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਵੱਲ ਹਾਜ਼ਰ ਥੀ ਗਏ ਸੇ ਕੁਝ ਸੱਜਣੇ ਜਾਂ ਮੁਹੱਬਤ ਹਨ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦੇ ਪਏ ਜਨਾਬ ਸਾਦਿਕ ਮੀਰ ਬੇਗ ਸਾਹਿਬ ਦਰੀ ਢੋਲੇ ਵਾਲੀ ਤੋਂ ਪ੍ਰੋਗਰਾਮ ਪਸੰਦ ਕਰਨ ਰਮਜ਼ਾਨ ਸਾਜਿਦ ਸਾਹਿਬ ਚਸ਼ਮਾ ਬਿਰਾਜ ਤੋਂ ਹਨ ਸੈਯਦ ਅਖਤਰ ਸ਼ਾਹ ਸਾਹਿਬ ਮਾਡਲ ਟਾਊਨ ਡੇਰਾ ਗਾਜ਼ੀ ਖਾਨ ਤੋਂ ਰਾਓ ਤੋਹੀਦ ਸਾਹਿਬ ਮਾਡਲ ਟਾਊਨ ਡੇਰਾ ਗਾਜ਼ੀ ਖਾਨ ਤੋਂ ਪ੍ਰੋਗਰਾਮ ਕੋ ਪਸੰਦ ਕਰਨ ਔਰ ਈਮੇਲ ਇੱਕ ਸੱਜਣ ਸਜੇ ਸਜੇ ਰੰਗ ਦੇ ਵਿੱਚ ਟੈਲੀਫੋਨ ਲਾਈਨ ਦੇ ਉੱਤੇ ਅਪੜ ਗਏ ਅਸਾਂ ਉਹਨਾਂ ਸਤਿ ਬਿਸਮਿਲਾ ਦੇ ਅਸਲਾਮ ਅਲੈਕੁਮ ਲਾਲਾ ਜੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਸੁਣ ਅਸੀਂ ਆਪਣਾ ਨਾਂ ਦੱਸੋ ਕਿੱਥੋਂ ਗੱਲ ਕਰਦੇ ਪਿਓ ਸੋਰਾ ਮਲਕ ਜ਼ਿਲ੍ਹਾ ਗੁਰਸੀ ਸਿੰਧ ਜੀਵੇ ਤੇਰੀ ਜਿੰਦ ਫਰਮਾਇਸ਼ ਕੀ ਕਰੇ ਸੋ ਲਾਲਾ ਜੀ ਚਿੱਟਾ ਚੋਲਾ ਸੇਵੇ ਗਰਦੀ ਲਾਲਾ ਜੀ ਹੁਣ ਫਰਮਾਇਸ਼ ਤੁਹਾਡੀ ਤਾਂ ਪੂਰੀ ਕਰੇ ਸੁਣ ਜੋ ਇਹ ਚਿੱਟਾ ਚੋਲਾ ਇਤਨੇ ਅਰਸੇ ਕੋਲ ਅਸਾਂ ਸੁਣਵਾ ਜੁਲੇ ਹੁਣ ਤੁਹਾਨੂੰ ਆਉਣਾ ਚਾਹੀਦਾ ਕੋਈ ਤੁਸੀਂ ਸੁਣਵਾ ਸਕਦੇ ਹੋ ਥੋੜਾ ਜਿਹਾ ਚਿੱਟਾ ਚੋਲਾ ਸਵੇ ਦਰਜੀ ਨਹੀਂ ਬੋਲੇਦਾ ਢੋਲੇ ਕੀ ਮਰਜ਼ੀ ਚਿੱਟਾ ਚੋਲਾ ਆਇਆ ਪਾਰੂ ਰੋਂਦੇ ਆਏ ਹੈ ਢੋਲੇ ਦੇ ਸ਼ਾਰੂ ਵਾਹ 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 ਇੱਕ ਮੈਂ ਸੱਜਣ ਦੀ ਕਾਲ ਗਿੰਦੇ ਪਏ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਬਿਸਮਿਲਾ ਸੁਣਾ ਸੀ ਆਪਣਾ ਨਾਂ ਦੱਸੇ ਸੋ ਕਿੱਥੋਂ ਗੱਲ ਕਰਦੇ ਪਏ ਹੋ ਜੀ ਕਿਹੜੇ ਇਲਾਕੇ ਚੋ ਜ਼ਿਲ੍ਹਾ ਮੁਜ਼ੱਫਰਗੜ ਜੀ ਮੇਰਾ ਭਰਾ ਸੋਹਣਾ ਵੀਰ ਪਿਆਰਾ ਅੱਜ ਦੀ ਮਹਿਫਿਲ ਦੇ ਵਿੱਚ ਕਿਆ ਅਕਸੋ ਕਿਆ ਫਰਮਾਇਸ਼ ਸੁਣਨ ਚਾਹੋ ਖੈਰ ਠੀਕ ਠਾਕ ਥੱਕਣਾ ਨਹੀਂ ਥੱਕਣਾ ਨਹੀਂ ਲਾਲਾ ਜੀ ਕਿਵੇਂ ਮਹਿਫਿਲ ਲੱਗਦੀ ਪਈ ਅੱਜ ਦੀ ਔਰ ਕਿਆ ਫਰਮਾਇਸ਼ ਸੁਣਨ ਚਾਹੋ ਥੋੜਾ ਜਿਹਾ ਉੱਚਾ ਲਵੇ ਸੋ ਲਾਲਾ ਜੀ ਤੁਹਾਡੀ ਆਵਾਜ਼ ਸਹੀ ਨਹੀਂ ਸਮਝੀਂਦੀ ਪਈ ਜ਼ਫਰ ਵਿਸ਼ਨ ਦੀ ਵਾਲਾ ਜੀ ਜੀ ਜ਼ਫਰ ਸਾਹਿਬ ਜ਼ਫਰ ਦੇ ਗਿਆ ਉਸਤਾਦ ਅਫਜ਼ਲ ਦੇ ਗਿਆ ਮਲੰਗੀ ਜੀ ਜੀ ਤੇ ਮੈਂ ਉਹਨਾਂ ਦੇ ਸ਼ਗਿਰਦ ਬੋਲ ਰਿਹਾ ਸੀ ਖਾਜਾ ਮੁਹੰਮਦ ਖਾਨ ਪਰਦੇਸੀ ਠੀਕ ਹੈ ਸੀ ਵਲ ਤੁਸੀਂ ਵੀ ਕਹੀ ਲੈ ਤਸ਼ਰੀਫ ਗਿਨੋ ਲਾਲਾ ਜੀ ਜਨਾਬ ਦਾ ਬਹੁਤ ਸ਼ੁਕਰੀਆ ਟੈਲੀਫੋਨ ਲਾਈਨ ਤੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਲਾਲਾ ਰੇ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਬਿਲਕੁਲ ਠੀਕ ਠਾਕ ਲਾਲਾ ਜੀ ਆਪਣਾ ਨਾਂ ਦੱਸੇ ਸੋ ਲਾਲਾ ਕਲੀਮੁਲਾ ਕੋ ਸੁਲਤਾਨ ਜ਼ਿਲ੍ਹਾ ਲਈਆ ਲੋੜਾ ਤੁਸੀਂ ਸੁਣਵਾਓ ਚਾ ਔਰ ਅਮਜਦ ਮਨਸੂਰ ਮਲੰਗੀ ਸਾਹਿਬ ਤੁਲੇ ਬੈਠਣ ਸੁਣਾ ਜਾ ਗੀਤ ਸੁਣਾਉਣ ਵਾਸਤੇ ਜੀ ਬਿਲਕੁਲ ਜੇ ਤਹੀਂ ਨਾ ਨਿਕਲੇ ਜ਼ੋਰ ਦੇ ਵਿੱਚ ਜੇ ਤਹੀਂ ਨਾ ਨਿਕਲੇ ਹਾਂ ਆਇਆ ਗੋਲ ਦੇ ਵਿੱਚ ਆ ਵਾਹ ਵਾਹ ਤੇਰੀ ਆਤਿਸ਼ ਕੋਸ਼ਿਸ਼ ਲਾਏ ਵੇ
आसमान जमीन को नहीं मिलता। वाह 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 वाह, बसते रहो। और ईमेल एक भी सज्जन टेलीफोन लाइन थे। अस्सलाम वालेकुम। अस्सलाम वालेकुम। अस्सलाम सलाम लाला जी, क्या हाल है? ठीक ठाक है। अपना नाम दसे सो कितो गाल करने पे हो? ए लाला टीवी वाले पास लगे गए और असा सत बिस्मिल्लाह आखसो कोई सजन मोहब्बत नाल महफिल दे चास्टे दे बैठे। राजा टेंट सर्विस पत्थर बाजार डेरा गाजी खान और अफजाल इको साउंड अफजाल भट्टी साहब वो भी प्रोग्राम को ढेर ढेर पसंद करते पे। सारी धरती दे खूबसूरत फनकार जनाब अब्दुल सलाम सागर साहब भी मिले महफिल दे चास्टे दे बैठे। मोहम्मद हसन खान मियाना साहब टीवी कैसानी तो प्रोग्राम पसंद करें। ई मिले मेहमान फनकार अमजद मंसूर मलंगी साहब को एक सोना जहा बया रंग तारे नामे करें पे। जिना साडे सजन न खेड़े मुँह ते करके मिठिया गाली बन दे दे गलत सनेड़े तू माही साढ़े दस चा जोर निकेड़े चोर गरीब लरासी दे ओ मई सुन पदसी दे तानी तन गए असा तो लुटी गए गली से बन गई सुन हुसन दिए रुसदे सजन प्यारे मोती मार के बाजार में
سک جاوے سنگی چھوڑ کے آئے چلا زندگی مک جائے بنیا تو گھا کیتا سہنیا رل مل کے آ ملک تباہ واہ واہ تے واہ واہ سجڑو سنتے پیا سے مشہور زمانہ گیت یقیناً تو بہت چنگا لگا اسی نظارہ کو ڈٹھم خدا یاد آ گئے بہاراں کو رنگے ہنا یاد آ گئے اچانک جو تیڈا خیال آیا شاکر وہ گزرا زمانہ ولا یاد آ گئے نکلے جب بریک سے جلدے پے ہیں تاری خدمت جبال حاضر تھی جی پیارے سجڑوں بریک مکے ویکو اپڑی ہے اور اساں تاری خدمت دے وچ وال حاضر تھی گئے سے شاکر شجاع آبادی صاحب دے حکتے دی فرمائش آئی ہے ایں جگ تے ایں جہاں حساب تھی گئے لگی کو پالن عذاب تھی گئے جناں دی لالچ جوان تھئیے وفا دا خانہ خراب تھی گئے ایمیل ایک سجن ٹیلی فون لائن دے اپڑ گیا سونو سات بسم اللہ السلام علیکم وعلیکم السلام میرا ویر پیارا ہاں اٹھارا اپنا نام دسے سو کتھوں لوے دے پیو نہیں میں تکوال تو ملک ارشد گل کردا پیا گرام میں روپوال ضلع کیڑا ہے سی ضلع تکوال گرام روپوال بسم اللہ کراں سی بسم اللہ کراں کیا حال ہے تہاڈا ٹھیک ٹھاک ہے خوشی وی لالا جی نہیں الحمدللہ او کا خوش ودی تو حال وال جو تو سدا پروگرام او کا بہت چنگا لگدا پیا اسا کو سارے گراں بیٹھے ہیں اسا تو سدا پروگرام سنتے ودے ہیں واہ واہ ایسی واہ واہ سائیں واہ واہ تو سنے پروگرام اس تو شوق میں سن گئے لیکن اس گال نہیں ملتی ہے تم بھی دفعہ ٹرائی کرنے ہاں ایسی وڈی محبت ہے تواڈی اللہ تو سلامت رکھے سن اسی کیا فرمائش سن رچا سو ای ویلے سن حاجی منصور علی ملنگی صاحب دے شاگرد محترم جناب امجد منصور ملنگی صاحب سن موجود ہیں امجد منصور ملنگی صاحب کو سن کو کو سلام دیو اتھن دی فرمائش تے کونی کو اپنی پسند دی جی تے سب چنگا جا منصور ملنگی صاحب حاجی منصور ملنگی صاحب تے پرانا چنگا جی تے سب سنا دے ٹھیک ہے سی بہت شکریہ سی سلامت رہو اور ای میل ایک بیا سجن ٹیلی فون لائن تے ہے سات بسم اللہ سو السلام علیکم وعلیکم السلام میرا بھرا سونا اپنے سنجان کروے سو کتھو گال کرنے پیو دا میں فقیر حسین اللہ نے پیان وقتی جادے ہل کو اندرا یونین کو لکھانے کو آپ دابوں پر پروگرام پر کام کر رہے ہیں واہ واہ کیا حال ہے تو جانگرہ تو لویندے پاس جانگرہ تو الحمدللہ خیریا تے جی جانگرہ تو سائیں ایسی او کوڑے علی نئے آئیے کیڑے کیڑے علاقے دے وچ تھا تباہی تھئی ایک تو دولت علج پانی پہ گئے بیا کرے کرے بس بہن اوتھا جتھا نقصان تھے نال بگے دی وستی ہے سائیں تے گنجے علی تا کافی سارے نقصان تھے فصلاں دے مالی نقصان تے نہیں تھے سائیں اچھا وہ نیناوا شیناوا او پاسے آیا دن فصل دا نقصان کیتس یہ جی نا ہائی میں لہراں لہراں تے کچھ نقصان تھے ہن تے اچھا اللہ مہربانی کرے اللہ تعالیٰ تو کو اپنی حفظ و امان وچ رکھے اج دے محفل کیویں لگدی پئی ہے کیا فرمائش سنن چاہ سو تو کوئی اچھا جان گیت سناؤ جا سنی مہربانی ہوسی تہاڈے پروگرام صحیح جناب دا بہت بہت شکریہ اور ای ویلے جڑا رنگ پیش کرن والے ہیں او سید احمد راشد صاحب دا کلام ہے در در تے فقیرانہ صدا دے دے ودے ہیں اور میں راشد صاحب دا سونا جا کلام تہاڈے نامے کر دیواں کہ شیشہ سجانا کوئی کچی دیوار تے شیشہ سجانا کوئی کچی دیوار تے دھبا متاں لگی کوئی آلہ معیار تے ہستی دی ضعیف کھٹ تے جھل جھل کے پیر رکھ ہستی دی ضعیف کھٹ تے جھل جھل کے پیر رکھ ہوندا نہیں کوئی بھروسہ بتھی نیوار تے آکھا ہے کل سنارے
बहु देर तक नहीं सकता सुने दा पीला पानी चांदी दे हार ते शीशा सजा न कोई कच्ची दीवार ते धब्बा मता लगी कोई आला म्यार ते। आओ सजनो अमजद मंसूर मलंगी साहब खूबसूरत जहां कलाम पेश करने वाले सईद अहमद राशिद साहब का लिखा हुआ कलाम दर दर ते फकीराना सदा देने वदे हैं। मैं तो मुदा फरी के शिरा दे की कसम
واہ واہ بے مہر مروت شیراز دی قسم ہے واہ واہ بڑا خوبصورت جے کلام سنے سے یقینا بہت چنگا لگا اسی تو کو نکڑے جے بریک تے جلدے پہ تاریخ خدمت وال تھینے حاضر جی سجنوں بریک مکی ہے تاری خدمت حاضر تھی گئے سے پروگرام دا ویلا بھی بالکل توڑ کو اپنا ہے کچھ سجنے جا محبت ہیں جہانگیر گل صاحب ڈیرا اسماعیل خان تو پروگرام کو پسند کرن میاں سہیل احمد سی لاہور تو اور ملک شہد مکول ڈاکٹر عبد الخالق سی ملک سمی مکول ملک راشد بنا سی ڈاکٹر عبد الخالق سی جھوک مکول تو پروگرام کو پسند کرن ارشد جتوئی سی ٹھٹھا گرمانی تو ہن جناب شبیر ہجانا سی جلال پور پیر والا تو ہن عبد الغفور سیں حویلی لانگ تو اور ناصر سومرو سیں پیر فتح شاہ تو محمد اختر سیں خان بیلا تو پروگرام کو مکھن بیلا تو پروگرام کو پسند کرندن محمد صابر سیں راجن پور تو پروگرام کو ڈھیر ڈھیر پسند کرندن ایک سونا جیا تاری فرمائش دا ایک ڈوڑا تارے نامے کرندا پیا کہ اسا منزل دے متلاشی ہیں ساڈے دل دی ڈھول دیوار نہ بن تے ساڈا راہ نہ ڈک ساکو رستہ دے سادے ذہن تے سوچ تا بار نہ بن اسا یوسف ہیں پر وک دے نئے سادے کیتے مصر بازار نہ بن سادا سفل وال نقصان تھی سی سادا دشمن رہ سادا یار نہ بن اور اسا انگلی بھن سمجھائے جے کو ہائے ہائے اسا انگلی بھن ہائے انگلی بھن مطلب ڈھیر سمجھاون کو آدن اسا انگلی بھن سمجھائے جے کو اون انگلی تے نچوائے ساکوں تے اسا سمجھے سر دا سہی جے کو اون سر دے بھر ٹروائے ساکوں تے اسا قلب دا خون پلائے جے کو اون ظالم خون ہائے ہائے روائے ساکوں وڈی تے ٹھڈڑے ساہ ناشاد جے کو اون ٹھڈڑے ساہ بھروائے ساکوں سجڑو اج دی بجھارا تھائی ڈوڈی وے بلدے آئے چار تھمبے ہلدے آئے اتے مشکی نہ کھدایا بادشاہ ڈہدایا اندا جواب ہی وے اٹھ ہاتھی وی تھی سکدے اندا جواب تے سجنو اول ایمیل تواری بھرپور فرمائش دے اتے نو دے نو بول سن دے پہے چٹا چولا سیدھے درزی ہائے ہائے نہیں بولے دا ڈھولے دی مرضی بولے سی ڈھولے عرصے کو ویسے موسیقی کریں دے پو کتنے سال گزرے جناب 2012 کو واہ واہ کافی عرصہ گزر گئے حاجی صاحب تو استاد محترم حاجی منصور علی بلنگی صاحب کوئی البم شلبم کوئی آڈیو ویڈیو آ چکے میرے کارٹ تو گاٹے دو چار البم آئے ہیں چار البم آ چکے ہیں مشہور گیتے بھی ہے تیری مجھا
ਮੈਨੂੰ ਯਾਰ ਮੁਕਾ ਗਈਆਂ ਛੇਤੀ ਘਰ ਵਾਲਾ ਇਦਾਂ ਆ ਗਈਆਂ ਤੇ ਵੱਲ ਪਿੱਛੇ ਛੇਕੜੀ ਜੋ ਕਰ ਛੁੜਨ ਦਾ ਗੀਤ ਹੈ ਨਾ ਤੁਹਾਡਾ ਆਪਣਾ ਸੀ ਇਜਾਜ਼ਤ ਗਿੰਨੇ ਚ ਸਜਣੇ ਕੋਲ ਠੀਕ ਹੈ ਨਾ ਜੀ ਸਜਣੋ ਉਮੀਦ ਹੈ ਅੱਜ ਦਾ ਸੋਹਣਾ ਮਿੱਠੜਾ ਮਨ ਭਾਵਨਾ ਪ੍ਰੋਗਰਾਮ ਵਸੇਬ ਰੰਗ ਤੱਕ ਬਹੁਤ ਚੰਗਾ ਲੱਗਾ ਸੀ ਇਨਸ਼ਾਅੱਲਾ ਕੱਲ੍ਹ ਵੱਲ ਸੋਹਣੀ ਸੁਰੀਲੀ ਮਹਿਫਿਲ ਦੇ ਨਾਲ ਤੁਹਾਡੀ ਖਿਦਮਤ ਵਿੱਚ ਸੋ ਹਾਜ਼ਰ ਮੈਂ ਤੁਹਾਡੀ ਤਰਫੋਂ ਆਪਣੀ ਤਰਫੋਂ ਵਸੇਬ ਰੰਗ ਦੀ ਪੂਰੀ ਟੋਲੀ ਤਰਫੋਂ ਮਹਿਮਾਨ ਫਨਕਾਰ ਜਨਾਬ ਅਮਜਦ ਮਨਸੂਰ ਮਲੰਗੀ ਸਾਹਿਬ ਦਾ ਠੇਠ ਦੁਆਇਤ ਮੁਹੱਬਤਾਂ ਦੇ ਨਾਲ ਸ਼ੁਕਰੀਆ ਅਦਾ ਕਰੇ ਸਾਂ ਇਨਸ਼ਾਅੱਲਾ ਬਹੁਤ ਜਲਦੀ ਵੱਲ ਤੁਹਾਡੇ ਨਾਲ 2 ਘੰਟੇ ਦੀ ਨਸ਼ਿਸ਼ਤ ਕਰੇ ਸਾਂ ਔਰ ਤਬਲੇ ਦੇ ਉੱਤੇ ਅੱਜ ਮੁਹੰਮਦ ਕਬੀਰ ਸਿੰਘ ਵਰਤਾਵਾ ਵਰਤੇ ਮੈਂ ਮਸ਼ਕੂਰ ਹਾਂ ਢੋਲਕ ਦੇ ਉੱਤੇ ਦਾਊਦ ਦੁਦਾਈ ਸਿੰਘ ਇਵੇਂ ਨਾ ਸੀ ਦੋਦੀ ਸਿੰਘ ਜਨਾਬ ਦਾ ਬਹੁਤ ਸ਼ੁਕਰੀਆ ਔਰ ਕੀਬੋਰਡ ਦੇ ਉੱਤੇ ਸੋਹਣਾ ਸੱਜਣ ਜ਼ਫਰ ਅਲੀ ਖਾਨ ਸੋਹਣਾ ਵਰਤਾਵਾ ਵਰਤੇ ਮੈਂ ਇਹਨਾਂ ਦਾ ਵੀ ਮਸ਼ਕੂਰ ਹਾਂ ਔਰ ਅਮਜਦ ਮਨਸੂਰ ਮਲੰਗੀ ਸਾਹਿਬ ਦੇ ਨਾਲ ਤੁਹਾਡੇ ਜਿਹੜੇ ਦੋਸਤ ਤਸ਼ਰੀਫ ਖਿਨ ਇਹਨਾਂ ਦਾ ਜੀ ਆਮਿਰ ਭਾਈ ਆਬਿਦ ਭਾਈ ਉਸਤਾਦ ਵਾਹ 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 ਜ਼ਬਰਦਸਤ ਝੂਮਰ ਤੇ ਆਸਣ ਹਾਂ ਵੈਸੇ ਉਸਤਾਦ ਬਾਕਰਾ ਕੋਈ ਮਸਲਾ ਕੋਈ ਜੀ ਸਜਣੋ ਆਰਿਫ ਮਲਗਾਣੀ ਕੋ ਦੇਸੋ ਇਜਾਜ਼ਤ ਆਪਣੀ ਪੂਰੀ ਟੋਲੀ ਦੇ ਨਾਲ ਕੱਲ ਥੀ ਸਨ ਮੁਲਾਕਾਤਾਂ ਤੁਹਾ ਕੋ ਵੇ ਅੱਲਾ ਸੁਣੇ ਦੀ ਅਮਾਨ ਜਿੱਥ ਵਸੋ ਖੁਸ਼ ਵਸੋ ਆਪਣਾ ਰੱਖੇ ਸੋ ਖਿਆਲ ਆਪਣੀ ਸੋਹਣੀ ਧਰਤੀ ਪਾਕਿਸਤਾਨ ਦੀ ਤਰੱਕੀ ਤੇ ਅਮਨ ਸਾਂਗੇ ਦੁਆ ਅੱਲਾ ਸੁਣੇ ਦੀ ਅਮਾਨ ਰੱਖੇ ਨਾਰੇ ਦਾ ਜਵਾਬ ਪਾਕਿਸਤਾਨ ਜ਼ਿੰਦਾਬਾਦ।